ਯਾਰ ਨਾਲ ਫੱਦੀ ਕੋ ਗੋਡਾ ਗੁੱਡਾ ਬਣਾ ਕੇ ਮੁੜ ਬੈਠਾ ਹੋਵੇ। ਤੂੰ ਸਹੀ ਸੱਟਸਨ ਐ ਟੋ ਆਪਾ ਸਹੀ ਸੱਟੀ ਆ। ਇਹ ਤਾਂ ਤੇਰੀ ਖਾਂਡੀ ਦੇ ਉੱਤੇ ਹੁੰਦੀ ਪਈ ਏ। ਕੀ ਬਾਤ ਮੁੰਡ ਆ ਨਾ ਜਾਸਨ ਹੋ। ਹਾਂ ਹੁਣ ਆ ਜਾਸਨ ਪੂਰੀਆਂ ਤੇ ਜਾਮਰ ਪੂਰੀ ਏ। ਇਹ ਜਾਮਰ ਤਾਂ ਨਿੱਕੀ, ਤੂੰ ਜਾਮਰ ਕੋ ਵੱਡੀ ਲਾਓ। ਵੱਡੀ ਕੋਈ ਨਹੀਂ, ਮੈਨੂੰ ਹੁਣ ਫੇਰ ਆ ਰਹੀ ਆ ਲੱਭੀ ਇੱਕ ਵਾਰੀ। ਚਲੋ ਮੋੜ, ਮੇਰੇ ਘਰ ਪਈ ਇੱਕ ਜਾਮਰ ਬੜੀ ਵੱਡੀ ਏ। ਉਹ ਮੱਤ ਥੱਕ ਲਓ ਸਾਈ ਤੇ। ਚਲੋ ਠੀਕ ਹੈ ਥੱਕ ਲਿਆ। ਹਾਂ ਹੁਣ ਮੈਂ ਜਾਣਾ ਉਹ ਜਾਮਰ ਚਾਹ ਲਉਣਾ ਜਿਹੜੀ ਘਰ ਮੇਰੇ ਪਈ ਏ, ਤੇ ਆਹ ਕਿਲੋ ਇੱਕ ਸੀਮੈਂਟ ਦਾ ਲੈ ਕੇ ਨਾ ਜਿਹੜੀ ਆਂਦੀ ਬੁਰਜੀ ਜਈ ਨੂੰ ਆਪਾਂ ਪੱਕਿਆ ਕਰ ਲਵੇ ਤਾਂ ਕਿ ਮੀਂਹ ਹਨੇਰੀ ਆਵੇ ਤੇ ਹੱਲੇ ਉੱਲੇ ਨਾ। ਹਾਂ ਆਪਾਂ ਸੀਮੈਂਟ ਲੈ ਕੇ ਇਸ ਬੁਰਜੀ ਨੂੰ ਪੱਕਿਆ ਕਰਸਾਂ। ਹੋਰ ਆਪਾਂ ਆਏ ਦਿਨ ਕੋਠੇ ਤੇ ਤਾਂ ਨਹੀਂ ਚੜਿਆ ਰਹਿਣਾ। ਆਹ ਪਿਛਲੇ ਚਾਕੇ 'ਚ ਕੇਵਲ ਆਈ ਖਲੀਏ, ਦੁਆ ਕਰ ਆਪਣੇ ਚਾਕੇ 'ਚ ਵੀ ਆ ਜਾਵੇ ਨਾ, ਆਪਣੀ ਅਲਟੀਨੀਆਂ ਤੂੰ ਜਾਨ ਛੁੱਟ ਜਾਸੀ। ਮੈਨੂੰ ਨਹੀਂ ਲੱਗਦਾ ਵੀ ਆਪਣੇ ਪਿੰਡ 'ਚ ਕੇਵਲ ਉਸ ਜਿਹੜੇ ਵਿਆਹਤੇ ਬੰਦੇ ਨੇ ਸ਼ੌਕੀ ਤੂੰ ਇੰਝ ਕੰਮ ਕਰ, ਤੂੰ ਪਰ ਡੇਸ਼ ਲੈ ਨਾਲੇ ਚੈਨਲ ਵੱਧ ਤੂੰ। ਉਹ ਡੇਸ਼ ਤਾਂ ਰੋਲਾ ਕੋਈ ਨਹੀਂ, ਡੇਸ਼ ਪਈ ਹੈ ਮੇਰੇ ਸਾਲੇ ਕੋਲ, ਪਰ ਉਹਦਾ ਟੋਕਰਾ ਵੱਡਾ ਹੋ, ਮੋਟਰਸਾਈਕਲ ਤੇ ਆਣਾ ਕੋਈ ਨਹੀਂ, ਕਿਸੇ ਰਕਸ਼ਾ ਰੁਕਸ਼ਾ ਤੇ ਲੈਣਾ ਪਊਸੇ। ਤੇ ਲੱਗੇ ਚੱਲਣਾ ਫਲਕੂ ਦੇ ਰਖਿਆ ਤੇ ਡੇਸ਼ ਲਾਦ ਕੇ ਉਰਾ ਲੈ ਕੇ ਆ ਜਸਾਂ। ਉਹ ਡੇਸ਼ ਲੈਵਾਂ ਦਾ ਤਾਂ ਰੋਲਾ ਕੋਈ ਨਹੀਂ, ਮੇਰਾ ਸਾਰਾ ਇੱਥੇ ਕੋਈ ਨਹੀਂ, ਉਹ ਲੋਰ ਵੀ ਹੋਣਾ ਚਾਹੁੰਦੇ, ਸਾਰੀ ਫਿਟਿੰਗ ਤਾਂ ਉਸੇ ਕਰਕੇ ਦੇਣੀ ਆਏ। ਉਹ ਮੋੜ ਨਾ ਹੁੰਦਾ ਲੋਰੂ ਐਟ ਨਾ ਪਾਗਾ। ਚੱਲ ਕੁੱਤੀ ਬੇਗੈਰਤੀ ਨਾ ਹੋਵੇ ਤਾਂ ਕੋੜੀਆਂ ਵਾਛਾਂ ਲਈ ਮੇਰੇ ਤਾਂ ਵਾਸੇ ਚੋਵੇ ਆਣਾ, ਮੈਂ ਹੁੰਦੀ ਉਹਦੀ ਕੰਨੀ ਘੁੱਟ ਛੱਡਾ। ਉਹ ਕੀ ਹੋਇਆ ਤੇ ਕਹਿੰਦੀ ਕੰਨੀ ਘੁੱਟਦੀ ਬਣੀ ਏ? ਉਹ ਜਿਹੜਾ ਲੰਮੇ ਮੱਥੇ ਵਾਲਾ ਬੂਤਰਾ ਬੰਦਾ ਹੈ। ਹਾਂ ਉਹ ਮੇਰੇ ਨਾਲ ਬੱਖੀ ਬੰਦਾ ਪਿਆ ਤੇ ਮੈਂ ਉਹਦੀ ਸਵਾਣੀ ਨੂੰ ਆਖਿਆ ਆਦੇ ਸਾਇ ਨੂੰ ਡੱਕ ਲਾਇਨ ਦੇ ਨਾਲ ਕੋਈ ਮੇਰੀ ਲੜਾਈ ਨਹੀਂ ਬਣਦੀ, ਉਹ ਉਲਟਾ ਲੱਗੀ ਆਈ ਏ ਤੇ ਮੇਰੇ ਗੱਲ ਪੈ ਗਈ ਏ। ਜੀ ਬੰਦਾ ਅੰਨਾ ਪਾਟਿਆ ਹੈ ਕੋਨ ਦਾ ਸਾਇ ਬੱਖੀ ਪੰਦਾ ਪਿਆ, ਸਾਇ ਨੂੰ ਨਹੀਂ ਰੋਕ ਸਕੀ, ਉਹ ਵੀ ਉਲਟਾ ਤੇਰੇ ਬੱਖੀ ਪੈ ਗਈ ਏ। ਕੀ ਉਹਨਾਂ ਨੂੰ ਮਸਲਾ ਕੀ? ਹੋਣਾ ਕੀ ਆ, ਰੁਪਈਆ 4 ਲੱਖ ਉਹਨਾਂ ਦੇ ਹੱਥੀ ਆ ਗਿਆ ਤੇ ਰਾਜ ਤੂੰ ਟੀਟਰ ਮਾਰਦੇ ਪੈਣਾ ਬਰਦਾਸ਼ਤ ਨਹੀਂ ਹੁੰਦਾ ਪਿਆ। ਗੈਰ ਫਿੱਟੇ ਮੂੰਹ ਵਾਲੇ 4 ਲੱਖ ਰੁਪਈਆ ਉਹਨਾਂ ਦੇ ਕੋਲ ਆਇਆ ਤੇ ਉਹ ਹਨੇਰ ਨੂੰ ਟੀਟਾਂ ਮਰਦੇ ਪੈਣ। ਉਹ ਲੋਕਾਂ ਕੋਲ ਕਰੋੜ ਕਰੋੜ ਰੁਪਈਆ ਆਉਂਦਾ ਤੇ ਉਹ ਕਦੀ ਸਿਰ ਚਾ ਕੇ ਨਹੀਂ ਗਲੀਆਂ ਟੁਰੇ। ਭੁੱਖੇ ਰੱਜੇ ਨੇ ਨਾ ਤਾਂ ਪਾੜ ਕਰਦੇ ਪੈਣਾ, ਕਸੂਰ ਉਹਨਾਂ ਦਾ ਵੀ ਕੋਈ ਨਹੀਂ। ਇਹ ਪਾੜ ਮੈਨੂੰ ਸਿਨੇ ਹੀ ਆਉਂਦੇ ਨੇ, ਜਿਹੜਾ ਉਹ ਵਿਰਲੇ ਦੰਦਾਂ ਵਾਲਾ ਵੰਦਾ ਨਾ, ਉਹਨੂੰ ਅਜੀ ਮੇਰਾ ਪਤਾ ਨਹੀਂ ਵੀ ਸ਼ੌਕੀ ਸ਼ਾਇ ਕੀ ਹੈ। ਆ ਸ਼ੌਕੀ ਆ, ਇਸ ਭੂਤਨੇ ਤੇ ਤਾਂ ਮੈਨੂੰ ਗੋਡੇ ਗੋਡੇ ਜਿਹੜੀ ਕਾਵੜੇ ਅਗਲੇ ਦੁਕਾਨ ਤੋਂ ਮੈਂ ਸਿਰ ਕਟਾ ਪਲੈਂਦਾ, ਮੈਨੂੰ ਬੜੀ ਅਵਾਰੀ ਗੱਲ ਕੀਤੀ ਸੀ। ਤੇ ਤੂੰ ਸੱਟਿਆ ਹੁੰਦੇ ਬੁਥਾੜ ਦੇ ਉੱਤੇ ਥਰਾ ਕੇ, ਤੇਰੇ ਨਾਲ ਉਹ ਕੋਈ ਗਨਾ ਤਾਂ ਕੋਈ ਨਹੀਂ ਆ, ਮੁੜ ਬਾਅਦ ਜਿਹੜੀ ਹੋਵੇ ਵੇਖੀ ਡਿੱਠੀ ਜਾਵੇ ਆ। ਮੈਂ ਤਾਂ 4 ਸੱਟੂ ਆਰ ਨੂੰ ਤੇ ਯਾਰੀ ਦੁਕਾਨ ਵਾਲਾ ਵਿੱਚ ਪਾ ਗਿਆ, ਉਸ ਆਖਿਆ ਲੜਾਈ ਵਿੱਚ ਕੋਈ ਫਾਇਦਾ ਨਹੀਂ, ਪਰ ਅੱਧਾ ਫਾ ਚੱਕਾ। ਮੇਰਾ ਭਰਾ ਤੇਰੇ ਮੇਰੇ ਰੰਗੇ ਤੇ ਕਰ ਜਾਂਦੇ ਨੇ ਚੁੱਪ, ਤੇ ਅਨ ਕਰੀਬ ਹੀ ਤੂੰ ਸੁਣ ਲੈ ਸੇ ਕਿਸੇ ਨਾ ਕਿਸੇ ਕੋਲ ਖੁੱਨ ਸਟਾ ਕੇ ਆਇਆ ਬੈਠੋ ਸੀਗਾ। ਅੱਛਾ ਚਲੋ ਠੀਕ ਆ, ਐ ਸ਼ੌਕ ਕੇ ਮੰਜੇ ਚਾਲ, ਮੈਨੂੰ ਤਾਂ ਬੜਾ ਠਾ ਲਾਣ ਦੇ। ਅੱਛਾ ਚਲੋ ਚਾ ਲੈਣਾ। ਤੂੰ ਕਰਨ ਕੀ ਗਿਆ ਉਤਾ? ਆ ਚਲ ਟੀਨਾ ਲਾਣਾ, ਮੇਰੀ ਭੈਣ ਤਾਂ ਸੋਟਾ ਜਲਾਇਆ। ਨੈਟ ਤਾਂ ਹਿੱਲ ਜਾਂਦਾ ਪਰ ਬੇੜੀ ਚ ਬੋੜੋ। ਹੁਣ ਨਾ ਲੱਸੀ। ਉਹਨਾਂ ਦੀ ਸੀਮੈਂਟ ਤਾਂ ਇਹਨੂੰ ਉਂਝ ਪੱਕਿਆ ਕਰੂੰਗਾ। ਆ ਜਾ ਥੱਲੇ। ਮੰਜੇ ਸਹੀ ਰੱਖੇ। ਉਹ ਮੰਜੀ ਸਹੀ ਆ, ਮੰਜੀ ਛੋਦੀ ਕਿਤੇ ਜਾਵਾਂ। ਆ ਜਾ। ਇਹ ਤੇਰਾ ਫਲੋਕ। ਕੋਈ ਕੋਈ ਖਾਇਰ ਖਾਇਰ ਕੁਝ ਨਹੀਂ ਹੁੰਦਾ, ਜਵਾਨ ਬੰਦਾ ਬੜਿਆ। ਮੁਸ਼ਕਿਲ ਕੋਈ ਤਰ੍ਹਾਂ ਚਾਹ ਜਾਵੇ ਗੋਡੇ ਗੋਡੇ ਮਿੱਟੀ ਮਾ ਤਾਂ ਕਿਸੇ ਨਵੇਂ ਆਣ ਬਵਾਲ ਤੇ ਪਿਆ। ਤੈਨੂੰ ਕਿਹੜਾ ਕੰਜਰ ਰੱਖਿਆ ਨੂੰ ਤੇ ਚੜਾ ਚਾ ਤਾੜੀ ਓਏ ਚਾ ਲਾ ਤੂੰ ਮੰਜੇ ਛਾਣਾ ਲੈ ਚੱਲੀਏ ਕਿਸੇ ਡਾਕਟਰ ਡਾਕਟਰ ਨੂੰ ਸਾਧ ਲੈਣ ਮੁਖਾਈਏ। ਡਾਕਟਰ ਦਾ ਕੰਮ ਨਹੀਂ ਕਿਸੇ ਅੱਡੀ ਜੋੜ ਨੂੰ ਸੱਦਣਾ ਪਉਸੀ। ਓ ਤਾੜੀ ਪਾਸੂ ਮੇਰੇ ਕੋਲ ਨਹੀਂ ਚਿੰਦੀ ਪਈ। ਓ ਮੁੜ ਕਿਸੇ ਹੋਰ ਨੂੰ ਸਾਧ ਲਾ। ਓ ਆਲਮਾ ਕਿੰਨਾ ਭੋਰਾ ਹੈ ਭੂਤਨਾ ਯਾ ਉਹਦੀ ਮਕਾ
ਹੁਣ ਗੱਲ ਹੀ ਕੋਈ ਨੀ, ਆਪਾਂ ਪੀਂਦੇ ਹੀ ਜਾਂਦੀ ਲੱਤ ਬੁੱਧਨੇ ਦੇ ਉੱਤੇ ਆਪਣੀ ਛੋਟਾ ਮਾਲ ਕੇ ਬੁੱਧਨੇ ਹੈਲੀਕਾਪਟਰ ਦੀ ਲੱਤ ਬੰਨੀ ਹੈ ਬਸ ਠੀਕ ਹੈ ਐਵੇਂ ਚੱਕਰੋ ਹਾਂ ਤੇ ਗਵਾਹੀ ਹੈ ਨਾ ਆਪਣੇ ਕੋਲ ਅੱਗੇ ਵੀ ਤੇਰੇ ਨਾਲ ਯਾਰੀ ਦੀ ਦੁਕਾਨ ਤੇ ਲੜਿਆ ਯਾਰੀ ਵੀ ਗਵਾਹੀ ਦੇਸੀ ਬਈ ਹੈਲੀਕਾਪਟਰ ਨਾਲ ਅੱਗੇ ਵੀ ਬੁੱਧਨਾ ਲੱਗਦਾ ਹਾਂ ਹਾਂ ਯਾਰੀ ਬਿਲਕੁਲ ਉਗਾਈ ਦੇਸੀ ਤੁਸੀਂ ਤਿਆਰ ਹੋ ਜਾਓ ਮੇਰਾ ਭਰਾ ਸੀ ਤਾਂ ਤਿਆਰ ਹੀ ਤਿਆਰ ਆਏ ਮੈਨੂੰ ਤਾਂ ਅੱਗੇ ਉਸ ਤਾਂ ਬੜੀ ਕਾਵੜੇ ਕਿਦਾਏ ਨਾ ਕਿਦਾਏ ਤਾਂ ਮੈਂ ਕੱਢਣੀ ਹੈ ਸ਼ੋਕੀ ਸਾਹਿਬ ਆਪਾਂ ਬਹੁ ਚਿਮੇ ਨੂੰ ਸੁਲਤਾਨੀ ਗਵਾਹ ਬਣਾ ਲੈਂਦੇ ਹਾਂ ਨਾਲ ਲੱਗਦਾ ਤੂੰ ਗਵਾਹ ਬਣ ਜਾ ਹਾਂ ਠੀਕ ਹੈ ਅਸੀਂ ਦੋ ਗਵਾਹ ਪੂਰੇ ਹੋ ਜੀ ਸਾ ਅਸਾਂ ਬੁੱਧਨੇ ਦੇ ਖਿਲਾਫ ਠੋਕ ਕੇ ਗਵਾਹੀ ਦੇਣੀ ਹੈ ਨਾ ਬੁੱਧਨੇ ਹੋਰੀ ਅਗਾਹ ਲੱਗੇ ਜਾਸੇ 9 ਸਾਲ ਹੋ ਰਹਾ ਬਾਹਰ ਹੀ ਨਹੀਂ ਆਉਂਦਾ ਓ ਮੇਰਾ ਭਾਊ ਓ ਲੇਟ ਨਾ ਕਰੋ ਇਸ ਬੁੱਧਨੇ ਨੂੰ ਟੰਗਾਓ ਤੇ ਨਾਲ ਉਸ ਸਵਾਣੀ ਦਾ ਵੀ ਨਾਮ ਵਿੱਚੇ ਲਿਖਾਓ ਤੇ ਹੋਰ ਕੀ ਹੈ ਬਿੱਲੋ ਦਾ ਨਾਮ ਤਾਂ ਵਿੱਚੇ ਲਿਖਾਣਾ ਹੈ ਨਾ ਉਸ ਤੇ ਨੂੰ ਗੱਟੂ ਨਹੀਂ ਦਿੱਤੀ ਰੱਖਿਆ ਹਾਂ ਇਹਨਾਂ ਕਹੀ ਅੰਨਾ ਪਟਾ ਮੈਂ 4 ਲੱਖ ਰੁਪਈਆ ਆਇਆ ਇਹਨਾਂ ਕੋਲ ਹਜ਼ਮ ਨਹੀਂ ਹੋਇਆ ਆਪਾਂ ਚੱਲੀ ਹੋਣੇ ਤੇ ਖਲੋ ਕੇ ਟਾਈਮ ਨਾ ਜ਼ਾਇਆ ਕਰੀਏ ਹੋਰ ਬਾਜਾ ਜੀ ਮੈਂ ਕੋਲ ਚੜੀ ਤੇ ਨਾਲ ਬੁਲਾਸ ਤੇ ਕੋ ਬੰਦੋਬਸਤ ਕਰੀਏ ਓ ਜਲ ਛੁਪਦੇ ਜਿਵੇਂ ਆਏ ਚੱਲ ਟੋਰ ਇਹ ਕੀ 1,40,000 ਰੇ ਤੇ ਮੋੜ ਕੀ ਹੈ ਆਪਾਂ ਕਿਹੜਾ ਸਾਰੇ ਪੈਸੇ ਨਗਦ ਦੇ ਕੇ ਆਉਂਦੇ ਨੇ ਦੇਵਨੀ ਤੇ ਸਾਈ ਹੈ ਇੱਕ ਫ੍ਰਿਜ ਦੀ ਤੇ ਇੱਕ ਫਰਨੀਚਰ ਦੀ ਓਹੋ ਮੇਰਾ ਅੱਖਾਂ ਦਾ ਮਤਲਬ ਇਹ ਪੈਸੇ ਸਾਰੇ ਚਾਲ ਆ ਉਹ ਤੇ ਕਸ਼ ਹੋਰ ਹੀ ਆਪਾਂ ਨੂੰ ਪਸੰਦ ਆ ਸਕਦੀ ਆਪਾਂ ਉਹ ਵੀ ਲੈ ਲਿਸਾਂ ਪੂਤਨਾ ਇੱਕ ਵਾਰੀ ਫਰਨੀਚਰ ਤੇ ਫ੍ਰਿਜ ਕਲੀਅਰ ਕਰ ਲਈਏ ਤੇ ਮੋੜ ਦੂਈਆਂ ਸ਼ਈ ਬਾਤ ਤੇ ਲੈ ਲਿਸਾਂ ਓ ਮੇਰਾ ਅੱਖਾਂ ਦੇ ਮਤਲਬ ਇਹ ਆਪਾਂ ਜੀ ਜਾਂਦੇ ਪਏ ਆ ਸ਼ਹਿਰ ਇੱਕ ਵਾਰੀ ਮੋਤ ਮੋਟਰਸਾਈਕਲ ਵੀ ਲਈ ਹਮਸਾ ਆਪਾਂ ਸਕੂਟਰ ਤੋਂ ਬੜਾ ਤੰਗ ਹੋਣਾ ਆਪਾਂ ਨੂੰ ਕੋ ਐਮਰਜੈਂਸੀ ਪੈ ਜਾਵੇ ਆਪਾਂ ਆੜ ਗਵਾੜ ਜਾਂਦੇ ਆ ਸਨ ਸਕੂਟਰ ਤੇ ਦੇ ਛੱਡੋ ਅਸੀਂ ਇਤਨੇ ਤੱਕ ਜਾਵਾਂ 100-100 ਤਰਲੇ ਕਰਨ ਪੰਦਨ ਤਾਂ ਸਵਾਰੀ ਦਿੰਦੇ ਮੇਰਾ ਥੋਲਾ ਕਾਲਾ ਨਾ ਪੈ ਜੇ ਆਪਣੇ ਹੱਥੀ ਪੈਸੇ ਆ ਹੀ ਗਏ ਨਾ ਤੇ ਆਪਾਂ ਥੋੜੇ ਥੋੜੇ ਕਰਕੇ ਲਾ ਲਈਏ ਮੋਟਰਸਾਈਕਲ ਆਪਾਂ ਸ਼ੋਰੂਮ ਤੋਂ ਨਵਾਂ ਨਹੀਂ ਕਢਾਈਨੇ ਆਈ ਤੂੰ ਚਾਕ ਕੇ ਚੂ ਕਿਸੇ ਕੋਲ ਚਲਦਾ ਪੁੱਛ ਲੈ ਸਾ ਉਹ ਬੋਤਨੇ ਆ ਵਰਜਾਈ ਸਹੀ ਆ ਨਹੀਂ ਪਿਆ ਸਵਾਰੀ ਕੇ ਕੋਲ ਖੜਾ ਨਹੀਂ ਮੋਟਰਸਾਈਕਲ ਉਹਦਾ ਬਰਾ ਦਾ ਪਿਆ ਵੀ ਅਸੀਂ ਵੇਚਣਾ ਹੈਗਾ ਨੰਬਰ ਵੀ ਲੱਗਾ 70 ਮੋਟਰਸਾਈਕਲ ਉਹ ਨਹੀਂ ਓਏ ਆਪਾਂ ਸਕੂਟਰ ਨਹੀਂ ਲਵਣਾ ਸਵਾਰੀ ਹੋਰੀ 2 ਨੰਬਰ ਜਾ ਬੰਦੇ ਨੇ ਉਹ ਸਕੂਟਰ ਮੈਂ ਲੈ ਲਿਆ ਕੱਲ ਨੂੰ ਰੋਲਾ ਮੇਰੇ ਗੱਲ ਪੈ ਜਾ ਸੀ ਮੈਂ ਲਿਆ ਸੀ ਤਾਂ ਸ਼ੋਰੂਮ ਤੋਂ ਲਈ ਸਾਂ ਜਿੰਦਾ ਰੋਲਾ ਇਹਨਾਂ ਕੱਲ ਨੂੰ ਬਣੇ ਰੋਲੇ ਵਾਲੀ ਕਿਹੜੀ ਗੱਲ ਹੈਗੀ ਆਪਾਂ ਕਾਗਜ਼ ਕੁਗਲ ਵੇਖ ਕੇ ਮੋਟਰਸਾਈਕਲ ਲੈਣੀ ਉਹਨਾਂ ਕੋਲੋਂ ਤੂੰ ਬੂਤਨੇ ਦਾ ਪਿਓ ਡੋਰਾ ਨਾ ਬਣ ਟਿਕ ਕੇ ਖੜੋ ਜਿਹੜੀ ਗੱਲ ਉਹ ਕਰਦਾ ਪਿਆ ਉਹਦੇ ਤੇ ਅਮਲ ਕਰ ਚਲੋ ਠੀਕ ਹੈ ਪੈਸੇ ਬਣਨ ਤੁਸੀਂ ਮੈਨੂੰ ਕਾਹਦੀ ਪਰੇਸ਼ਾਨੀ ਹੈ ਤੂੰ ਪਰੇਸ਼ਾਨੀ ਲਾਓ ਹੀ ਨਾ ਇਹ ਸਾਡਾ ਫੇਲ ਹੈ ਅਸੀਂ ਜਾਣੀ ਤੇ ਸਾਡਾ ਕੰਮ ਜਾਣ ਤੂੰ ਜ਼ਿਆਦਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕੀਤੀ ਕਰ ਅੱਲਾ ਜਾਣੇ ਲੋਕਾਂ ਨੂੰ ਕਿਹੜੀ ਗੰਦੀ ਆਦਤ ਹੈ ਵੀ ਜਦੋਂ ਘਰ ਦੇ ਮਾਲਕ ਗੱਲ ਕਰਦੇ ਪੈਣ ਤੇ ਤੈਨੂੰ ਤਾਂ ਟਾਂਗ ਅੜਾਉਣ ਦੀ ਲੋੜ ਹੀ ਕਾਹਨੀ ਤੂੰ ਸਾਡਾ ਮਾਮਾ ਲੱਗਣਾ ਬੋਤਨਿਆ ਇਹਦੀ ਜ਼ਬਾਨ ਡੱਕ ਲਿਆ ਮੈਂ ਬੜਾ ਬੰਦਾ ਗੰਦਾ ਹੈਗਾ ਤੇ ਇਹ ਗਿੱਜੀ ਹੋਈ ਆ ਤੇਰੇ ਤੇ ਮੈਂ ਸਾਹਮਣੀਆਂ ਠੋਕਣੀਆਂ ਫਿਰ ਤੂੰ ਇਹਨੂੰ ਡਾਲਾ ਤੇ ਇਹਦੀ ਲੱਤ ਚ ਫੰਨ ਮੇਰੇ ਲੈ ਫੂਕ ਵਾਲਾ ਟਾਇਰ ਤਰਾ ਨਾ ਫੁਕਿੰਦਾ ਇਦੂ ਕੱਲੇ ਅੜਦੇ ਸਾਂ ਤਾਂ ਫੂਕ ਸਾਰੀ ਬਾਹਰ ਕੱਢ ਦੇ ਸਾਂ ਬੋਤਨਿਆ ਤੂੰ ਮੈਨੂੰ ਮਿਲਣਾ ਨਾ ਨਾ ਤੇ ਬਾਹਰ ਮਿਲਿਆ ਕਰ ਤੇ ਗਰੇ ਸੁਣਾ ਗਿਆ ਤੇ ਰਨ ਕੋਲ ਆ ਰਹੀ ਉਹ ਬੇਇੱਜ਼ਤੀ ਕਰਾਣਾ ਮੇਰੀ ਹਾਂ ਸ਼ਾਬਾਸ਼ ਤੂੰ ਜਿੱਡਾ ਕੀ ਸਰਦਾਰ ਹੈ ਨਾ ਮੈਨੂੰ ਤੇਰਾ ਸਾਰਾ ਪਤਾ ਬੋਲ ਕਾਇ ਨਹੀਂ ਗਰੂ ਰੋਟੀ ਕੇ ਇਹ ਭੁਲੇਖੇ ਨੇ ਕਿਤੇ ਤਿਆਰ ਖਲੇ ਬੂਹੇ ਮਾਰ ਕੇ ਅੱਬਾ ਅਸੀਂ ਸ਼ਹਿਰ ਜਾਂਦੇ ਪਏ ਕੋ ਦੋ ਤਰਾ ਸ਼ਹੀ ਲਵਣੀਆਂ ਉਹ ਲਵਣਾ ਕਿਹੜੀਆਂ ਦੋ ਤਰਾ ਸ਼ਹੀ ਲਵੋ ਬਾਈ ਫਰਨੀਚਰ ਦੀ ਸਾਈ ਦੇਵਰ ਜਾਂਦੇ ਪਏ ਤੇ ਇੱਕ ਫ੍ਰਿਜ ਲਵਾਂ ਓਏ ਉਹ ਕਿਹੜੀ ਵਜ੍ਹਾ ਤੂੰ ਕੇ ਲੋੜ ਬਣ ਗਈ ਐ ਇਨਾਂ ਚੀਜ਼ਾਂ ਦੀ ਕਿਦਾਂ ਦਾਜ ਦੇਵੋ ਅੱਬਾ ਦਾਜ ਅਸੀਂ ਕਿਸੇ ਨੂੰ ਵੀ ਨਹੀਂ ਦੇਵਾਂ ਫਰਨੀਚਰ ਘਰੇ ਰੱਖਣ ਵਾਸਤੇ ਲਵਾਂ ਕਿਉਂਕਿ ਹੁਣ ਮੰਜੀਆਂ ਦਰਵਾਜ਼ ਖਤਮ ਹੋ ਗਿਆ ਮੈਂ ਤੇ ਜਿੰਦੇ ਘਰੇ ਵੀ ਜਾਨੀ ਆ ਨਾ ਫਰਨੀਚਰ ਅੰਦਰਾਂ ਜੁੜੇ ਪਏ ਹੁੰਦੇ ਨੇ ਤੇ ਬਾਕੀ ਫ੍ਰਿਜ ਵਾਲੀ ਗੱਲ ਰਹਿ ਗਈ ਦਾ ਘਰ ਬੁੰਗਨੀ ਆ ਤੇ ਠੱਡਾ ਪਾਣੀ ਕੋਈ ਨਹੀਂ ਦਿੰਦਾ ਮੈਂ ਤਾਂ ਫ੍ਰਿਜ ਵਾਲੀ ਮੁਥਾਜੀ ਵੀ ਬੰਨੂ ਆ ਉਹ ਮੇਰੀ ਧੀ ਤੂੰ ਆਪਣੀ ਜ਼ਬਾਨ ਠੀਕ ਕਰਦਾ ਘਰ ਫਿਰਨ ਦੀ ਲੋੜ ਹੀ ਕੋਈ ਨਹੀਂ ਪਹਿਲੇ ਘਰੂ ਤੈਨੂੰ ਡਈ ਵੈਸੀ ਸ਼ਾਇ ਜੇ ਜ਼ਬਾਨ ਤੇਰੀ ਠੀਕ ਹੋ ਗਈ ਤਾਂ ਮੈਂ ਕੋਈ ਜ਼ਬਾਨ ਕੁੱਤਾ ਨਹੀਂ ਬੰਨੀ ਬੰਨੀ ਆ ਮੈਂ ਤਾਂ ਜਿਹੜੀ ਚਬਾਂ ਨੂੰ ਚਾਜ ਨਾਲ ਬੁਲਾਈਨੀ ਆ ਉਹ ਮੈਨੂੰ ਗੁਵਾੜ ਲੈਂਦੀ ਇਹ ਚੀਜ਼ਾਂ ਨੂੰ ਰਾਣ ਦੇ ਕੋਈ ਲੋੜ ਨਹੀਂ ਲਵਣ ਦੀ ਇਹ ਪੈਸੇ ਮੈਨੂੰ ਕਿਸੇ ਅੱਲਾ ਤਰਸੀ ਕਰਕੇ ਤੇ ਇਮਦਾਦ ਦਿੱਤੀ ਹੈ 4 ਲੱਖ ਰੁਪਈਆ ਤੇ ਇਹ ਆਪਾਂ ਚੰਗੀ ਥਾਰੇ ਲਾਉਣੇ ਜੋ ਕੋਈ ਕੱਲ ਨੂੰ ਫਾਇਦਾ ਹੀ ਹੋਵੇ ਆਪਾਂ ਨੂੰ
ਮੁੜੇ ਘਰ ਅੱਬਾ ਜੀ ਦੱਸ ਦੇ ਚ ਆਪਾਂ ਨੂੰ ਫਾਇਦਾ ਹੀ ਫਾਇਦਾ। ਹਾਂ ਤੇ ਮੇਰਾ ਪੁੱਤਰ ਦੱਸ ਦੇ ਸਾ ਤੇ ਮੇਰੀ ਆਖਰਤ ਸੁਧਰ ਗਈ ਸੀ। ਆਖਰਤ ਦਾ ਸੋਚੀ ਸਾਡਾ ਨਾ ਸੋਚੀ ਬਈ ਤੇ ਜੋ ਦੁਨੀਆਦਾਰੀ ਤੇ ਖੁੱਲਾ ਰਾਜ ਕਰ ਜਾਣ ਚਾਹ ਤੇ ਤੁਸੀਂ ਆਪਣਾ ਆਪ ਸੋਚਣਾ ਛੋਟਾ ਨੇ ਕਮਾਉਣ ਜੋਗਾ ਕਮਾ ਕੇ ਤੇ ਆਪਣੀ ਚੀਜ਼ਾਂ ਬਣਾ। ਅੱਪਾ ਖੁਦਾ ਦਾ ਨਾ ਮੈਂ ਤੇਰੇ ਕੋ ਹੱਥ ਬੰਨੀ ਆ ਦੰਮੀ ਨਾਲ ਅੜਾਵਣੀ ਨਾ ਕਰ ਜੇ ਅਸੀਂ ਘਰ ਬੂਵੇ ਦਾ ਕੋਈ ਸੋਚਦੇ ਪਏ ਤੇ ਸਾਨੂੰ ਸੋਚਣ ਦੇ। ਘਰ ਬੂਵੇ ਇੰਜ ਨਹੀਂ ਆਉਂਦਾ ਵੀ ਫਰਨੀਚਰ ਲੈ ਕੇ ਤੇ ਇੱਥੇ ਰੱਖ ਛੋੜੋ 3 ਮਹੀਨੇ ਬਾਅਦ ਉਹਨੂੰ ਗੋਣ ਲੱਗਾ ਵੀ ਉਹਦੇ ਗੱਲ ਜਾਵੇ ਪੈਸੇ ਹੀ ਗਏ ਤੇ ਹਰ ਬਲਾ ਉਹ ਪੈਸੇ ਲਾਉਣੇ ਹੀ ਇਹਦੇ ਕਹਿ ਚੰਗੀ ਸ਼ਾਇਦ ਲੈਣਾ ਕਿ ਢੋਰ ਡਾਂਡਾ ਲੈਣਾ ਦੁੱਧ ਲੱਸੀ ਗਰਦ ਹੋਵੇ ਸੀ ਨਾਲੇ ਪੈਸੇ ਵਧਦੇ ਰਸ। ਹਾਂ ਹਾਂ ਚਾਚਾ ਜੀ ਆਹ ਗੱਲ ਤੁਸੀਂ ਬਜਾ ਫਰਮਾਈ ਹੈ। ਪੱਠੇ ਦੇ ਰੱਬੇ ਉਹ ਪੈਸੀ ਮਾਲ ਨੂੰ ਉਹ ਸਾਰਾ ਦਿਨ ਆਪਾਂ ਨੂੰ ਬਾਹਰ ਦੇ ਕੰਮ ਨਹੀਂ ਮੁਕਦੇ ਤੇ ਘਰ ਦਾ ਕੰਮ ਕਿਵੇਂ ਕਰਨਾ? ਬਾਹਰ ਜੋ ਆਪਾਂ ਗਲੀਆਂ 'ਚ ਲੂਰ ਲੂਰ ਕਰਨੇ ਆ ਤੇ ਪਿੰਡ ਪੱਠਿਆਂ ਦੀ ਵੀ ਬਣਾ ਲਿਆ ਕਰਾਂਗੇ। ਉਹ ਬਾਹਰ ਕਿਹੜੀ ਤੇਰੀ ਨੌਕਰੀ ਲੱਗੀ ਹੋਈ ਬੀਮਾ ਪਾਲਿਸੀ ਬੈਂਕ 'ਚ ਜਿਹੜੇ ਤੇਰੇ ਕਲਾਇੰਟ ਆਉਂਦੇ ਤੇ ਤੇਰੇ ਕੋਲ ਟਾਈਮ ਨਹੀਂ ਆਉਂਦਾ ਪੱਠਿਆਂ ਜੋਗਾ? ਓਏ ਅੱਬਾ ਇਹ ਮੈਨੂੰ ਜ਼ੇਬ ਨਹੀਂ ਦਿੰਦੇ ਪੱਠੇ ਪੁੱਠੇ ਮੈਂ ਕਰਕੇ ਲਾਇਆ ਵਾਂ ਕੋਈ ਹੋਰ ਕੰਮ ਹੈ ਤੋ ਮੈਨੂੰ ਦੱਸ ਮੈਂ ਤੇਰਾ ਤਾਬੇਦਾਰ। ਬਾ ਹੋਰ ਕੰਮ ਹੈ ਤੇ ਇਥੋਂ ਕੋਈ ਨਹੀਂ ਲੈਂਦਾ ਪੈਸੇ ਮੇਰੇ ਹੋਰਾਂ ਮੈਨੂੰ ਦਿਓ ਤੇ ਆਪਣੀ ਕਮਾਓ ਤੇ ਆਪਣੀ ਖਾਓ। ਨਹੀਂ ਨਾ ਆਪਣੇ ਕਮਰੇ 'ਚ ਸਜ ਗਏ ਫਰਨੀਚਰ? ਫਰਨੀਚਰ ਸਜ ਸੀ ਕਿਵੇਂ ਨਾ ਅੱਬਾ ਜੀ ਨਾ ਫਨਾ ਨਾ ਸੁਬਾਨ ਪਾ ਦੁਆ ਕਰਦੇ ਸਾਡਾ ਸਹੀ ਸਹੀ ਸੌਦਾ ਹੋ ਜਾਵੇ ਫਰਨੀਚਰ ਦਾ। ਬਾ ਉਹ ਪੈਸੇ ਮੈਨੂੰ ਪਤਾ। ਓਏ ਅੱਬਾ ਯਾਰ ਨਾ ਵੱਖਰੇ ਹੋਣ ਵਾਲੀਆਂ ਗੱਲਾਂ ਕਰ ਕੱਲ ਨੂੰ ਤੂੰ ਦੁਨੀਆ ਤੋਂ ਟੋਰ ਗਿਆ ਤੇ ਭੂਤ ਨੇ ਤੈਨੂੰ ਖਤਮ ਦਿਵਾਵਣੇ ਆ ਪੈਸੇ ਨਹੀਂ ਤੇਰੇ ਨਾਲ ਜਾਵਣੇ। ਬਾਈ ਤੂੰ ਰੱਖ ਕਮਰੇ ਸੇ ਨਾ ਤੇਰੇ ਬੁਥਾੜ ਤੇ ਓਏ ਅਜੇ ਮੈਂ ਸਹਿਜੇ ਜੀਵਣਾ ਤੁਸਾਂ ਮੇਰੇ ਹੁਣੇ ਖਤਮ ਦੀ ਵੈਂਦੇ ਪਏ ਹੋ ਮੈਂ ਤਾਂ ਡੋਰ ਰੱਖ ਕੇ ਬੜਾ ਵੱਡਾ ਸਦਾਗਰ ਬਣ ਸਾ। ਆਈ ਲਾਭ ਦੇ ਪੈਸੇ ਨਹੀਂ ਰੱਖ ਲਾ ਜੇ ਲਕਾਲ ਨੂੰ ਤੂੰ ਮਰਨਾ ਨਾ ਖਫਨ ਦਾ ਬੰਦੋਬਸਤ ਤੂੰ ਖੁਦ ਕਰ ਲਵੀਂ ਤੇ ਖਤਮਾ ਖੁਤਮਾ ਦਾ ਖੁਦ ਕਰ ਲਵਾਂ ਮੈਂ ਤਾਂ ਨੇੜੇ ਕੋਈ ਨਹੀਂ ਜਾਵਾਂ। ਚੌਥੇ ਇਹ 1,40,000 ਹੈ ਤੇ ਬਾਕੀ ਬਾਕੀ ਅੰਦਰ ਪੈਨ ਪੇਟੀ ਹੈ। ਅੱਛਾ ਰੇ ਨਾਪ ਇਹ ਸਾਰੇ ਇਕੱਠੇ ਕਰਕੇ ਲੱਖ ਜੇ ਲੈ ਮੈਨੂੰ ਲੋੜ ਪਵੇ ਨਾ ਮੈਂ ਉਸ ਲਈ ਤੇਰੇ ਕੋਲ ਸਾਰੇ ਪੈਸੇ ਲਈ 4,00,000 ਆ ਨਾਪ ਲਾ। ਛੋੜ ਦੇ ਸਿਹਰੇ ਚ ਮਾਰ ਦੰਮੀ ਨਾਲੇ ਕੋਈ ਬੰਦਾ ਬੌਰਾ ਹੀ ਮੱਥੇ ਲੱਗ। ਲੱਸੀ ਦਾ ਗਿਲਾਸ ਤੇ ਫੁਲਕਾ ਆ ਕੇ ਮੈਂ ਇੱਥੇ ਦੀ ਬਾਹਰ ਟਾਲੀ ਤਲੇ ਬੈਠਾ ਮੈਂ। ਅੱਛਾ ਦੇ ਦੇ ਮੇਰਾ ਤੇ ਦਿਲ ਕੋ ਨਹੀਂ ਤੇਰੇ ਪਿਓ ਨੂੰ ਰੋਟੀ ਦੇਵਣ ਵਾਸਤੇ। ਬੁੱਢੂ ਨਾ ਦੇ ਮੈਂ ਕਿਹੜਾ ਤੈਨੂੰ ਆਂਦਾ ਪਈ ਮੁੜ ਤੂੰ ਟਾਂ ਕਰਨੀ ਨਹੀਂ ਟਾਂ ਤੈਨੂੰ ਖੋਲ ਦੇ ਕੋ ਚਾਬੀ ਨਹੀਂ ਲੱਗਦੀ ਪਈ ਡੋਣ ਜਾ ਆਇਆ ਡੋਣ ਜਾ ਆਇਆ ਤੈਨੂੰ ਜਾ ਆਖਾ ਵੀ ਇਹਨੂੰ ਤੇਲ ਦੇ ਲਾ ਸਾਰਾ ਜੰਗਾਲਾ ਪਿਆ। ਠੀਕ ਹੈ ਸਰ ਆਜੋ ਆਜੋ ਬੰਦਾ ਮੇਰਾ ਇੰਸਪੈਕਟਰ ਵਾਕਬ ਏ ਉਹ ਆਦਾ ਚੀਮਾ ਮੈਂ ਬੰਦਾ ਹੁਣੇ ਚੁੱਕ ਲੈਣਾ ਤੁਸੀਂ ਉਹਦੀ ਤਾੜ ਚਰਾਣੀ ਵੀ ਉਹ ਕਿਹਦੀ ਅੱਗੇ ਪਿੱਛੇ ਨਾ ਹੋ ਜਾ। ਚਲੋ ਠੀਕ ਹੈ ਤਾੜ ਇੱਕ ਆਪਾਂ ਰਹਿੰਦੇ ਇੱਕ ਵਾਰੀ ਆਪਾਂ ਭੂਤਨੇ ਦੀ ਖੋਮ ਠਪਾਣੀਏ ਬਾਈ ਇਹ ਚੱਕ ਦੀ ਜਿਹੜੀ ਵੀ ਗਲੀ ਚ ਲੱਗੇ ਨਾ ਸਿਰ ਸੱਟ ਕੇ ਲੱਗੇ ਹੁਣ ਤੇ ਮੈਂ ਅਹੀਂ ਆਨਾ ਪਾਟਾ ਕਲਾ ਚਾਰ ਆਨੇ ਵੇਖ ਕੇ ਮੈਂ ਨਾ ਰਿੜ ਬਣ ਜਾ ਸੀ ਜਿਹੜਾ ਰੰਨਾਂ ਦੇ ਸਿਰ ਚ ਨਹੀਂ ਹੁੰਦਾ ਇਹ ਜਿੱਥੇ ਦਿਲ ਕੀਤਾ ਮੈਂ ਕੜਾ ਚ ਕਰਦੇ ਸਾਂ ਇਹਦੀ ਤੂੰ ਟੈਨਸ਼ਨ ਨਾ ਲੈ ਇਹ ਭੂਤਨਾ ਤਾਂ ਸ਼ਹਿ ਹੀ ਕੋਈ ਨਹੀਂ ਮੈਂ ਬੜੇ ਬੜੇ ਬੰਦੇ ਸਿੱਧੇ ਕੀਤੇ। ਮੇਰਾ ਭਰਾ ਇਸੇ ਵਜ੍ਹਾ ਤੋਂ ਅਸੀਂ ਤੇਰੇ ਕੋਲ ਆਏ ਆ ਬਈ ਕਿਸੇ ਹੋਰ ਦੇ ਵਾਸ ਦਾ ਰੋਗ ਕੋਈ ਨਹੀਂ ਉਹਨੂੰ ਤੂੰ ਹੀ ਕਾਬੂ ਕਰ ਸਕਣਾ। ਓ ਮੇਰੀ ਭੈਣ ਹੌਸਲਾ ਕਰੇ ਨਾ ਛੋਕੀ ਸਾਹਿਬ ਜੇ ਇਹਦੀ ਲੱਤ ਬਾਂਹ ਬੰਨਣੀ ਹੈ ਨਾ ਤੇ ਮੈਨੂੰ ਹੁਣੇ ਆਖ ਮੈਂ ਉਹਦੀ ਲੱਤ ਬਾਂਹ ਬੰਨ ਦੇਣਾ ਤੇ ਪੁਲਿਸ ਨੂੰ ਮੈਂ ਫੋਨ ਕਰਕੇ ਆਖ ਦੇਣਾ ਤੁਸੀਂ ਪਿਛਾ ਥਾਣੇ ਮੁੜ ਜਾ। ਉਹ ਚੀਮਿਆ ਲੱਤ ਬੰਨੀ ਜੂ ਪਈ ਹੈ ਹੈਲੀਕਾਪਟਰ ਦੀ ਤੂੰ ਆਪਣਾ ਕੇਸ ਬਾਰਾ ਭੂਤਨੇ ਤੇ ਆਪਾਂ ਭੂਤਨੇ ਦੀ ਲੱਤ ਬਾਂਹ ਬੰਨ ਦਈਏ ਤਾਂ ਤੂੰ ਆਪਾਂ ਨੂੰ ਥਾਣੇ ਕਚਹਿਰੀਆਂ ਰੁਲਣਾ ਪਊ। ਛੋਕੀ ਸਾਹਿਬ ਜਿੰਨਾ ਚਿਕਰ ਆਪਾਂ ਐਕਸਰੇ ਨਾ ਨਾ ਕਰਾਏ ਪਰਚਾ ਕੋਈ ਨਹੀਂ ਹੋਣਾ ਮੈਨੂੰ ਇਹ ਦੱਸ ਕਿ ਉਹਦੀ ਲੱਤ ਕਿੰਨੀ ਕੁ ਫੈਕਚਰ ਹੋਈ ਹੈ। ਇਹ ਤੂੰ ਪਿਲੀ ਕੋਲੋਂ ਟੁੱਟੀ ਗਈ ਸੀ ਮੈਂ ਨਾ 1-2 ਮਿੰਟ ਹੋਰ ਮਾਰ ਦੇਣਾ ਉਹ ਲੱਤ ਜਿਹੜੀ ਜਿੰਨਾ ਚਿਕਰ ਮਰੀਜ਼ੀ ਨਾ ਨਾ ਉਹਨਾਂ ਚਿਕਰ ਹੈਵੀ ਪਰਚਾ ਨਹੀਂ ਨਾ 13 ਮੇਰਾ ਖਿਆਲ ਕਿਹੜਾ ਲੱਗਦਾ ਉਹਨੂੰ ਦਫਾ ਲੱਤ ਮਰੋੜ ਤੇ ਬੰਦ ਸਾਰੀ ਉਮਰ ਆਪਾਂ ਪਲੂਤੇ ਕੱਢਦਾ ਹੁਣ ਮੇਰੀ ਗੱਲ ਬੰਨ ਨਾ ਪੱਲੇ ਆ ਦੇ
ਜਿਹੜੀ ਤੁਸੀਂ ਚੱਟੀ ਵੱਡੀ ਲੈਣੀ ਕੱਲ ਨੂੰ ਸੁਲਾ ਆਪਾਂ ਨੂੰ ਕਰਨੀ ਪੈਣੀ ਬੰਦੇਦਾਰ ਆ ਮੇਰੇ ਵੀ ਨਿੱਕੇ ਨਿੱਕੇ ਬਾਲ ਨੇ ਉਹਨਾਂ ਕਿੱਥੋਂ ਖਾਣਾ ਉਹ ਜਿੰਨਾ ਤੂੰ ਪੈਸਿਆਂ ਦੀ ਟੈਨਸ਼ਨ ਨਾ ਲਾ ਉਦੋਂ ਸਾਨੂੰ ਡੇਗ ਨਾ ਅਸੀਂ ਤੈਨੂੰ ਵਿੱਚੋਂ ਦਿਸਾ ਇੱਕ ਵਾਰੀ ਆਪਾਂ ਉਹਨੂੰ ਰੋਲ ਤਾਂ ਰਹੀਏ ਜਿਤਨਾ ਜ਼ਿਆਦਾ ਆਪਾਂ ਉਹਨੂੰ ਰੋਲਿਆ ਨਾ ਉਤਨੇ ਜ਼ਿਆਦਾ ਆਪਾਂ ਨੂੰ ਪੈਸੇ ਉਹਦੇ ਸੀ ਉਹ ਰੋਲ ਗਿਆ ਪੂਤਲਾ ਜਿਹੜਾ ਨਾ ਇਹਦੀ ਇੱਕ ਬਤ ਰੋਲ ਗਈ ਇਹ ਕਬਰ ਕੁਸਤਾਨ ਜਾਂ ਮਰ ਜਾ ਸੀ ਜਾਂ ਠਾਣੇ ਚ ਇਹਦੀਆਂ ਹੱਡੀਆਂ ਰੋਲ ਜਾ ਕਰਨਾ ਇਹ ਆਪਾਂ ਇਹਦੇ ਨਾਲ ਨਹੀਂ ਤਾਂ ਇਸ ਆਪਾਂ ਨੂੰ ਖੰਨਾ ਨਹੀਂ ਨਹੀਂ ਦੇਣਾ ਤੂੰ ਟੈਨਸ਼ਨ ਨਾ ਲੈ ਤੂੰ ਮੇਰੇ ਤੇ ਸੱਟ ਦਿੱਤੀ ਨਾ ਚੀਮਾ ਇੱਥੇ ਜਿਹੜਾ ਬੋਤਲਾ ਸਿਰ ਸੱਟ ਕੇ ਜ਼ਿੰਦਗੀ ਗੁਜ਼ਾਰ ਸੀ ਜਿੱਥੇ ਆਕੜਿਆ ਉੱਥੇ ਮੈਂ ਟੰਬਿਆਂ ਦੀ ਬਾਰਿਸ਼ ਕਰ ਦੇਣੀ ਇਹਨੇ ਕਰ ਸਾ ਸ਼ੋਕੀ ਸਾਹਿਬ ਚੱਲੀਏ ਹੁਣ ਦੇਰ ਹੁੰਦੀ ਪਈ ਇਹਨੂੰ ਪੁਲਿਸ ਆ ਜਾਵੇ ਅੱਛਾ ਚੱਲ ਮੈਂ ਆਵਾਂਗਾ ਤੁਹਾਡੇ ਮਗਰੇ ਆਉਂਦਾ ਪਿਆ ਮੈਂ ਤੁਸੀਂ ਚੱਲੋ ਆਇਆ ਮੈਂ ਤੁਹਾਡੇ ਪਿੱਛੇ ਚੀਮੇ ਕੀ ਰੌਲਾ ਪਾਈ ਬੈਠਾ ਯਾਰ ਇੱਕ ਛੋਟਾ ਜਿਹਾ ਬੱਚਾ ਭੁਗਤਣਾ ਇੱਥੇ ਉਹ ਯਾਰ ਸਿਰ ਪਟਦਾ ਪਿਆ ਉਹਦਾ ਮੈਂ ਸਿਰ ਹਮੇਸ਼ਾ ਲਈ ਥੱਲੇ ਕਰੂੰਗਾ ਕਿ ਸਾਡੇ ਕੋਲ ਬਾਲ ਆਉਂਦੇ ਪਏ ਨੇ ਉਹਨਾਂ ਨਾਲ ਨਾ ਕਰੀ ਕੀਤਾ ਕੀ ਉਹਨੇ ਉਹਨੇ ਕੁਛ ਵੀ ਨਹੀਂ ਕੀਤਾ ਝੂਠਾ ਕੇਸ ਉਹਦੇ ਤੇ ਪਾਉ ਹੈ ਕਿ ਉਹ ਹਮੇਸ਼ਾ ਲਈ ਦੱਬਿਆ ਜਾਵੇ ਤੇ ਸਾਡੇ ਅੱਗੇ ਸਿਰ ਨਾ ਚਾ ਸਕੇ ਤੇ ਪਾਉ ਕੀ ਨੇ ਉਹਦੇ ਤੇ ਕੁਛ ਹੋਰ ਭੁਗਤਾਉ ਨੇ ਅਨਸਰ ਦਾ ਭਰਾ ਨਹੀਂ ਹੈਲੀਕਾਪਟਰ ਉਹ ਛੋਕੀ ਉਹਨਾਂ ਦੇ ਘਰ ਪਿਆ ਕਰਦਾ ਹੀ ਕੰਮ ਉਹ ਕੰਮ ਤੋਂ ਲਵਣ ਲੱਗਾ ਤਾਂ ਉਹਦੀ ਲੱਤ ਟੁੱਟ ਗਈ ਲੱਤੋਂ ਦੀ ਅੱਲਾ ਦੀ ਤਰਫੋਂ ਟੁੱਟੀ ਹੈ ਤੇ ਪਾਉ ਅਸੀਂ ਭੂਤਣੇ ਉਹਨਾਂ ਦੇ ਉੱਤੇ ਅੱਛਾ ਤੇ ਦਿਹਾੜੀ ਲਾਉ ਏ ਦਿਹਾੜੀ ਲਾਉ ਤੇ ਹੋਰ ਆਪਾਂ ਕਿਸ ਕੰਮ ਵਾਸਤੇ ਬੈਠੇ ਤੇ ਉਹਨਾਂ ਦੋ 1000 ਰੁਪਇਆ ਮੈਨੂੰ ਦੇਵੇ ਨਾ ਮੈਂ ਬਾਜ਼ਾਰ ਤੇ ਕਰ ਜਾਵਾਂ ਤੁਹਾਡਾ ਸਮਾਨ ਲੈਣਾ ਮੁੜ ਤੈਨੂੰ ਦੇ ਦੇਸਾਂ ਮੈਂ ਤੈਨੂੰ ਜਵਾਬ ਨਹੀਂ ਦਿੰਦਾ ਮੇਰੇ ਕੋਲ ਇਸ ਟਾਈਮ ਕੋਈ ਨਹੀਂ ਦੁਆ ਕਰ ਵੀ ਛੋਕੀ ਜਿਹੜਾ ਨਾ ਉਹ ਬੰਦੇ ਫੜਵਾ ਦੇਵੇ ਭੂਤਣਾ ਉਹ ਤੂੰ ਮੈਨੂੰ ਵਿਆਹ ਮੱਡੀ ਮਿਲੀ ਤਾਂ 5000 ਲੈ ਲੈ ਅੱਛਾ ਹਾਂ ਚਲੋ ਠੀਕ ਹੈ ਮੈਂ ਫਿਰ ਕਿਸੇ ਹੋਰ ਕੋਲ ਮੰਗਣੀ ਹੈ ਹੋਰ ਕਿਸ ਤੋਂ ਮੰਗ ਲਾ ਮੁੜ ਮੈਂ ਦੇ ਦੇਸ ਚਲੋ ਠੀਕ ਮੈਂ ਹੁਣ ਉਹਦੇ ਜਾਊਂ ਲੈ ਵੀ ਚੱਲ ਚੀਮੇ ਉਹਨਾਂ ਦੇ ਹਾਂ ਮਸਕਾਨ ਕੀ ਗੱਲ ਖੈਰ ਤੇ ਹਾਂ ਖੈਰ ਹੀ ਹੈ ਭੂਤਣਾ ਬੈਠਾ ਬੈਠਾ ਕੀ ਆਖੋ ਹੈ ਉਹਨੇ ਲਿਖੇ ਕੰਮ ਹੈ ਨਾ ਤਾਂ ਆਵਾਜ਼ ਮਾਰ ਆ ਗਈ ਹਾਂ ਵੀ ਭੂਤਣਿਆ ਸੁਣਾ ਠੀਕ ਹਾਂ ਤੇ ਹੁਣ ਨਾ ਆਦੇ ਪੈਰਾਂ ਤੇ ਹੋ ਜਾ ਕਿਉਂ ਕੀ ਹੋਇਆ ਛੋਕੀ ਹੋਰੀ ਤੇਰੇ ਤੇ ਝੂਠਾ ਕੇਸ ਪਾਉਂਦੇ ਪਏ ਇੰਨੀ ਤੇ ਆਦੇ ਪੈਰਾਂ ਤੇ ਹੋ ਜਾ ਕਿਹਾ ਝੂਠਾ ਕੇਸ ਪਾਉ ਮਨ ਮੇਰੇ ਤੇ ਅਨਸਰ ਦਾ ਭਰਾ ਨਹੀਂ ਹੈ ਹੈਲੀਕਾਪਟਰ ਉਹਦੀ ਲੱਤ ਟੁੱਟ ਗਈ ਹੈ ਤੇ ਉਹ ਹੁਣ ਕੇਸ ਤੇਰੇ ਤੇ ਪਾਉਂਦੇ ਪਏ ਨਹੀਂ ਤੇ ਪੁਲਿਸ ਵੀ ਸਦਾਈ ਖਲੋਤੇ ਨਹੀਂ ਸੋਚੀ ਆਉਣੀ ਮੈਂ ਪੂਰਾ ਲੈ ਨੀ ਸਕਦੀ ਹੋਰ ਨਹੀਂ ਤਿੰਨਾਂ ਤੇ ਦਰਖਾਸਤ ਜਾਂ ਪਰਚਾ ਦੇ ਕੇ ਥਾਣੇ ਚ ਇਹਨਾਂ ਨੂੰ ਮਰਾਵਾਂ ਹੁਣ ਬੱਗਾ ਮਾਰ ਮੈਨੂੰ ਇਹ ਦੱਸ ਹੋਰ ਆਪਾਂ ਕਿਹਨੂੰ ਟੱਕਰੀਏ ਹਾਂ ਮੇਰੀ ਸਮਝ ਚ ਆ ਗਿਆ ਰੋਲਾ ਬਿੱਲੋ ਆ ਤੈਨੂੰ ਪਰੇਸ਼ਾਨੀ ਲਵਣ ਦੀ ਲੋੜ ਹੀ ਕੋਈ ਨੀ ਇੱਕ ਬੰਦਾ ਹੈ ਮੇਰੀ ਨਿਗਜ ਉਹਨੂੰ ਜਾ ਕੇ ਆਪਾਂ ਟੱਕਰਨਾ ਤੇ ਰੋਲਾ ਕਲੀਅਰ ਹੋ ਜਾਸੀ ਉਹ ਕਿਹੜਾ ਮੋੜਾ ਤੇ ਖੜੋ ਕੇ ਟਾਈਮ ਜ਼ਾਇਆ ਨਾ ਕਰ ਮਿੰਟ ਮਾਰ ਤੇ ਬੰਦੇ ਦੇ ਸੀਨੇ ਚ ਵਜੀਏ ਤੇ ਰੋਲਾ ਮਿਟਾਈਏ ਹਾਂ ਰੋਲਾ ਮਿਟਾ ਲੈਣਾ ਆਪਾਂ ਮਿੰਟਾਂ ਸਕਿੰਟਾਂ ਚ ਹੋਣਾ ਬੋਤਨਿਆ ਮੇਰਾ ਕੰਮ ਆ ਤੈਨੂੰ ਦੱਸਣਾ ਮੈਂ ਦਾਸ ਛੱਡਿਆ ਤੇ ਮੈਨੂੰ ਨਾ 2000 ਰੁਪਏ ਦੀ ਜ਼ਰੂਰਤ ਮੈਨੂੰ ਉਹ ਤੇ ਦੇ ਇਹ ਛੱਟਾ ਲਈ ਨਾ ਲੱਗੇ ਖਰਨ ਤੈਨੂੰ 2000 ਪਾਟ ਕੇ ਉਦੋਂ ਮੈਂ ਦੇ ਛੱਡਾਂ ਤੇਰਾ ਦਿਮਾਗ ਸਹੀ ਹੈ ਅੱਗੇ ਸਾਡੇ ਗੱਲ ਰੋਲਾ ਪਿਆ ਖਲਾ ਉਲਟਾ ਪੈਸੇ ਸਾਡੇ ਕੋਲ ਮੰਗੀ ਜਾਣਾ ਹਵੇ ਚਬਾਲਾ ਇਹ ਸਾਨੂੰ ਦੱਸਿਆ ਤੇ ਦੱਸੇ ਦੀ ਰਿਸ਼ਵਤ ਲੈਂਦਾ ਪਿਆ ਲੱਖ ਲਾਣਾ ਤੇ ਤੇਰੇ ਮੈਂ ਲਈ ਰਿਸ਼ਵਤ ਨਹੀਂ ਲੈਂਦੀ ਪਿਆ ਮੈਂ ਵੈਸੇ ਲੈਂਦੀ ਵੀ ਮੈਨੂੰ ਜ਼ਰੂਰਤ ਹੈ ਮੁੜ ਦੇ ਦੇ ਸਾਂ ਵਾਪਸ ਹਾਲੇ ਅਗਲਾ ਮਰਨਾ ਕਾਰਡ ਲੈਂਦੇ ਤੇ ਮੁੜ ਤੇਰੀਆਂ ਜ਼ਰੂਰਤਾਂ ਤੇ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੋਣੀਆਂ ਤੂੰ ਤਾਂ ਹੈ ਵੀ ਢੱਕ ਪੈਣਾ ਤੁਰ ਜਾ ਨਿਕਲਣ ਕਾਰ ਚਬਾਲ ਜੀ ਆਨੋ ਵੇਤਾ ਪਰ ਦੇਖੋ
ਯਾਰ ਜੀ ਇਹ ਚਗਲਾਂ ਜੀ ਨਾਵਣ ਤਾਂ ਇਹਨਾਂ ਦਾ ਭਲਾ ਮੈਂ ਕੀ ਕੀਤਾ ਜੀ ਤੁਹਾਡੇ ਨਾਲ ਤਾਂ ਮੁੜ ਚੀਮਾ ਹੀ ਚੰਗਾ ਜਿਹੜਾ ਮੈਨੂੰ 5000 ਰੁਪਇਆ ਦਾ ਦੇਣਾ ਚੱਲ ਮੁਸਕਾਨ ਉਹਨਾਂ ਨੂੰ ਵੀ ਜਾਗਤੀ ਲੀਲਾ ਹਾਂ ਬਈ ਕਿੱਥੇ ਲੱਗ ਬਣਾਈ ਆਈ ਇਹ ਵੀ ਮਸੀਤ ਵਾਲੇ ਚੌਕ ਦੇ ਵਿੱਚ ਇਹ ਤੂੰ ਤਕੜਾ ਹੋ ਜੀ ਆ ਡੱਬ ਦੇ ਵਿੱਚ ਨਾ ਪਿਸਤੌਲ ਪਿਸਤੌਲ ਵੀ ਰੱਖਦਾ ਉਹ ਵੀ ਰੱਖਦਾ ਇਹਦਾ ਮਤਲਬ ਇਸ਼ਤਿਹਾਰ ਹੀ ਹੈ ਸਰ ਜੀ ਬੜਾ ਵੱਡਾ ਬਦਮਾਸ਼ ਹੈ ਜੀ ਨਿਭੜ ਲੈਣਾ ਮੈਂ ਉਹਦੇ ਨਾਲ ਲੈ ਆ ਮੈਂ ਤੁਹਾਨੂੰ ਡਾਕਟ ਬਣਾ ਦਿੱਤਾ ਠੀਕ ਹੈ ਸਰ ਇਹਨੂੰ ਹਸਪੀਟਲ ਲੈ ਜਾਓ ਇਹਦੀ ਰਿਪੋਰਟ ਕਰਾ ਕੇ ਲੈ ਸਰ ਤੁਹਾਡੇ ਤੇ ਮਿਹਰਬਾਨੀ ਹੈ ਛੋਟੀ ਜੀ ਓਕੇ ਇਹ ਅਸੀਂ ਕੰਮ ਕਰਾ ਲਈ ਸਰ ਬੰਦਾ ਤਾਂ ਜਾ ਕੇ ਚੁੱਕੋ ਜੀ ਬੰਦਾ ਚੁੱਕ ਲੈਣਾ ਜੀ ਮੈਂ ਹੁਣ ਤੇਰੇ ਕੋਲ ਆਇਆ ਨਹੀਂ ਬੈਠਾ ਤੁਸੀਂ ਬਈ ਜੀ ਇੰਜ ਕਰੋ ਆ ਛੂਣ ਨੂੰ ਗੱਲੋਂ ਨਾ ਦੇ ਲੈ ਉਹਨਾਂ ਦੀ ਰੈਂਕੀ ਕਰੇ ਤੇ ਅਸੀਂ ਬੰਦਾ ਫੜ ਲਈ ਸਰ ਉਹ ਚੌਕੀ ਜਾ ਉਹਦਾ ਪਤਾ ਕਰ ਤੇ ਮੁੜਾ ਕੇ ਸਾਹਿਬ ਉਹਨਾਂ ਨੂੰ ਦੱਸ ਤੇ ਉਹਨੂੰ ਫੜਵਾ ਨਾਲੇ ਬਾਹਰ ਜਾ ਕੇ ਇਹ ਨਾ ਦੱਸੀ ਵੀ ਪੁਲਿਸ ਸਾਡੇ ਘਰੇ ਆਈ ਬੈਠੀ ਉਹ ਅੱਗੇ ਪਿੱਛੇ ਨਾਸ ਜਾਣਗੇ ਫਿਰ ਫੜਾਣ ਵਿੱਚ ਬੜਾ ਮੁਸ਼ਕਲ ਕੰਮ ਹੋ ਜਾਏਗਾ ਠੀਕ ਹੈ ਸਾਹਿਬ ਜੀ ਮੈਂ ਕਰਨਾ ਹੁੰਦੀ ਸੋਹਰੇ ਤੂੰ ਆਈ ਕਰ ਮੇਰੇ ਆਉਂਦੇ ਤੇ ਨਾ ਸਾਹਿਬ ਹੋਰ ਕਰਨ ਕੋ ਚਾਹ ਬਣਾ ਠੀਕ ਹੈ ਤੂੰ ਜਾ ਮੈਂ ਬਣਾ ਦਿੰਦੀ ਆ ਆ ਮੇਰੀ ਭੈਣ ਚਾਹ ਸਾਡੇ ਵਾਸਤੇ ਨਾ ਬਣਾ ਚਾਹ ਸਮਝ ਜਾਂ ਜੇ ਅਸੀਂ ਪੀ ਲਈ ਹੈ ਤੁਸੀਂ ਮੈਨੂੰ ਜਲਦੀ ਨਾਲ ਬੰਦਾ ਫੜਾਓ ਮੈਂ ਉਹਦੇ ਤੇ ਐਫ ਆਈ ਆਰ ਕੱਟਾਂ ਤੇ ਉਹਨੂੰ ਅਗਲੀ ਸਜ਼ਾ ਦੇ ਠੀਕ ਹੈ ਸਾਹਿਬ ਜੀ ਮੇਰਾ ਸਾਈਂ ਗਿਆ ਤਾਂ ਹੁਣੇ ਆ ਕੇ ਤੁਹਾਨੂੰ ਇਤਲਾਹ ਦਿੰਦਾ ਹੈ ਚਲੋ ਠੀਕ ਪਤਾ ਨਹੀਂ ਹਲੇ ਕਦ ਤੱਕ ਕਿੱਥੇ ਚਲਾ ਗਿਆ ਸਵੇਰ ਦਾ ਘਰੇ ਹੀ ਨਹੀਂ ਆਜਾ ਰੋਟੀ ਨਹੀਂ ਖਾਧੀ ਸੁਆ ਕੇ ਅੰਮਾ ਹਾਂਜੀ ਉਹ ਦੂਏ ਦਾ ਕੋਈ ਪਤਾ ਹੈ ਹੀ ਕੋਈ ਨਹੀਂ ਮੈਂ ਉਹਦੇ ਬਾਰੇ ਹੀ ਸੋਚਦੀ ਪਈ ਆ ਸਵੇਰ ਦਾ ਗਿਆ ਹੋਇਆ ਤੇ ਹਲੇ ਤੱਕ ਘਰ ਨਹੀਂ ਆਇਆ 10 ਵਜੇ ਖਲੋਤੇ ਨੇ ਕਿਸੇ ਵਜ੍ਹਾ ਤੋਂ ਮੈਨੂੰ ਗੁੱਸਾ ਚੜਦਾ ਇਸ ਛੂਰ ਤੇ ਵੀ ਘਰੋਂ ਨਿਕਲਦਾ ਤੇ 10 ਕਿ ਨਹੀਂ ਨਿਕਲਦਾ ਐਵੇਂ ਟੁਰਿਆ ਜਾ ਮਜ਼ਰੀ ਹੋਰਾਂ ਦੇ ਘਰੇ ਵੀ ਉੱਥੇ ਨਾ ਬੈਠਾ ਹੋਵੇ ਜਾਨਾ ਅੰਮਾ ਹੁਣ ਉਹ ਸਾਨ ਨੂੰ ਮੈਂ ਲੱਭਣ ਟੁਰ ਪਵਾਂ ਐਡਾ ਔਖਾ ਜੀ ਹੁੰਦਾ ਪਿਆ ਤੇ ਰਾਂ ਦੇ ਮੇਰਾ ਪੁੱਤਰ ਓਏ ਅੰਮਾ ਐਡੇ ਔਖੇ ਹੋਣ ਵਾਲੀ ਕਿਹੜੀ ਗੱਲ ਏ ਉਹਨੂੰ ਨਹੀਂ ਪਤਾ ਵੀ ਮੈਂ ਘਰੇ ਦਫਾ ਹੋ ਕੇ ਬਹਿ ਗਿਆ ਕਰਾਂ ਤੁਸੀਂ ਨਾ ਦੋਵੇਂ ਭਰਾ ਬੜੀਆਂ ਕਮਾਈਆਂ ਕਰਦੇ ਪਏ ਹੋ ਤੇ ਮੈਂ ਤੁਹਾਡੇ ਦੋਵਾਂ ਤੋਂ ਤੰਗ ਆ ਹਾਂ ਮੇਰੇ ਤੇ ਅਖਤਾ ਹੋ ਹੀ ਰਹੀ ਕੀਤੀ ਕਰ ਮੈਂ ਤਾਂ ਹੁਣ ਕਰਾਚੀ ਵਗ ਜਾਸਾਂ ਹਾਂ ਬਹੁਤੀ ਗੱਲ ਹੈ ਮੈਂ ਕਰਾਚੀ ਵਗ ਜਾਸਾਂ ਮਾਂ ਦੀ ਤਾਂ ਗੱਲ ਤੁਸੀਂ ਬਰਦਾਸ਼ਤ ਕਰਦੇ ਹੀ ਨਹੀਂ ਹੋਣਾ ਅੰਮਾ ਤੂੰ ਵੀ ਕਿਸੇ ਟਾਈਮ ਛੱਡ ਦਿੱਤਾ ਕਰ ਜਦੋਂ ਆਉਂਦੇ ਨੇ ਉਹਨਾਂ ਨੂੰ ਗੱਲਾਂ ਸੁਣਾਉਣੀ ਸ਼ੁਰੂ ਕਰ ਦਿੰਦੀ ਹੈ ਤੂੰ ਬਹੁਤੀ ਵਕਾਲਤ ਨਾ ਕੀਤੀ ਕਰ ਭਰਾਵਾਂ ਦੀ ਸਮਝ ਆਈ ਨਾ ਨਹੀਂ ਕਰਦੀ ਵਕਾਲਤ ਮੇਰਾ ਤੇ ਹੱਥ ਖੜਦਾ ਨਾ ਕਿ ਤੂੰ ਪੈਸਿਆਂ ਲੋ ਤੇ ਮੈਂ ਜਾ ਕੇ ਆਪਦੀ ਸਵਾਣੀ ਨੂੰ ਮਨਾ ਲਿਆਉਣਾ ਤੇ ਉਹਨੂੰ ਸਿੱਧਾ ਨਾਲ ਹੀ ਕਰਾਚੀ ਲੈ ਜਾਣਾ ਸੁੰਦਰੀ ਨੂੰ ਵੀ ਚਲੋ ਠੀਕ ਹੈ ਨਾਲ ਤੂੰ ਲੈ ਜਾਵੀਂ ਤੁਸੀਂ ਮਾਂ ਤੋਂ ਵੈਸੇ ਹੀ ਬੜੇ ਤੰਗ ਹੋ ਓਏ ਅੰਮਾ ਇੱਥੇ ਤੰਗ ਹੋਣ ਵਾਲੀ ਕਿਹੜੀ ਗੱਲ ਹੈ ਅਸਲਾਮੁਅਲੈਕਮ ਅਨਸਰ ਭਾਈ ਵਾਅਲੈਕਮ ਸਲਾਮ ਕਿਹਦੇ ਕਿਹਾ ਤੇਰਾ ਬਿਰਾ ਹੈਲੀਕਾਪਟਰ ਖੈਰ ਹੋਵੇ ਜੀ ਖੈਰ ਹੀ ਹੈ ਦੱਸੋ ਕੀ ਗੱਲ ਹੈ ਭਾਈ ਗੱਲ ਹੈ ਦੂਆ ਤ੍ਰਿਆ ਦੇ ਹੋ ਗਿਆ ਹੈਲੀਕਾਪਟਰ ਮੇਰੇ ਮੱਥੇ ਨਹੀਂ ਲੱਗਾ ਤੇ ਉਹਦੀ ਬਾਜਗੀ ਇੱਕਦਮ ਅੱਲਾ ਨੂੰ ਲੱਤ ਤੇ ਸ਼ੌਕੀ ਹੋਰੀ ਉਹਦੇ ਨਾਲ ਰਲ ਕੇ ਮੇਰੇ ਉੱਤੇ ਲੱਤ ਪੈ ਪੈਂਦੇ ਨੇ ਬਿਰਾ ਨੂੰ ਸਮਝਾ ਯਾਰ ਬੰਨੀ ਉਹ ਸੀ ਤੂੰ ਸਾਵੀਂ ਉਹਦੀ ਲੱਤ ਤੁਸੀਂ ਕਿਹੜਾ ਐਡੇ ਚੰਗੇ ਹੋ ਬੇਨ ਸਰ ਬੜਾ ਗੱਲ ਤੂੰ ਵੀ ਵੇਖ ਸੋਚ ਕੇ ਕਰ ਤੇਰੇ ਬਿਰਾ ਨਾਲ ਸਾਡਾ ਕੋਈ ਹਯਾ ਹੀ ਰਾਂਝਾ ਜੋ ਲੱਤ ਬੰਨ ਕੇ ਅਸੀਂ ਉਹਦੇ ਤੇ ਬਦਲਾ ਲਾਵਾਂ ਹੈ ਨਹੀਂ ਬਿੱਲੋ ਉਹਦੀ ਲੱਤ ਸੱਚੀ ਭੱਜ ਗਈ ਹੈ ਕਿ ਐਵੇਂ ਆਂਦੇ ਪੈਣ ਮਾਸੀ ਅਸੀਂ ਤਾਂ ਆਦੀ ਅੱਖੀ ਨਾਲ ਵੇਖਿਆ ਕੋਈ ਨਹੀਂ ਤੇ ਜਿਹੜਾ ਮਸਕਾਨੀ ਖੁਸ਼ ਰਹਾ ਸਾਨੂੰ ਤਾਂ ਉਸ ਦੱਸਿਆ ਕਿ ਹੈਲੀਕਾਪਟਰ ਦੀ ਲੱਤ ਭੱਜੀ ਪਈ ਸ਼ੌਕੀ ਕੇ ਘਰੇ ਨਹੀਂ ਬਿੱਲੋ ਜੇ ਮਸਕਾਨੀ ਨੇ ਤੈਨੂੰ ਇਹ ਖਬਰ ਦਿੱਤੀ ਨਾ ਤਾਂ ਉਹਦੀ ਖਬਰ ਪੱਕੀ ਆਉਂਦੀ ਹੈ ਵੀ ਅਨਸਾਰ ਉੱਠੋ ਦਾ ਮਾਲ ਦਾ ਪਤਾ ਕਰੀਓ ਪਤਾ ਨਹੀਂ ਕਿਸ ਹਾਲ ਵਿੱਚ ਹੋਣਾ ਹੈ ਮੈਂ ਜਾਨਾ ਉਹ ਭਾਈ ਇੱਕ ਵਾਰ ਹੱਥ ਸਹੀ ਬਿੱਲੋ ਦਾ ਪੈਸਾ ਦੇਵੇ ਨਾ ਅਨਸਰ ਵੀਰਾ ਤੈਨੂੰ 20000 ਰੁਪਈਆ ਹੀ ਦੇਣਾ ਅਗਰ ਤੈਨੂੰ ਸਾਡੇ ਤੋਂ ਹੋਵੇ ਸ਼ੱਕ ਸ਼ੁਬਾ ਸਾਡੇ ਤੋਂ ਜਿਵੇਂ ਦਿਲ ਲਈ ਕਸਮ ਲੈ ਲਵੀਂ ਅਸੀਂ ਕੂੜੇ ਕੋ ਨਹੀਂ ਜੋ ਸ਼ੈਤਾਨੀ ਕੀਤੀ ਕਲਾ ਸ਼ੌਕੀ ਕੀਤੀ ਕਲਾ ਚਲੋ ਠੀਕ ਹੈ ਤੁਸੀਂ ਆ ਪੈਸੇ ਦਿਓ ਜਾ ਹਾਂਜੀ ਤੇ ਕਸਮ ਅਸੀਂ ਨਹੀਂ ਲੈਣੇ ਆ 20000 ਰੁਪਏ ਬਿਲਕੁਲ ਮੈਂ ਤਾਂ ਕਸਮ ਲੈ ਸਕਣਾ 20000 ਹੀ ਫਾਦ ਉਹ ਵੀਰਾ ਸਮਝ ਕੇ ਤੈਨੂੰ ਦਿੰਦਾ ਪਿਆ ਕੋਈ ਐਸੀ ਗੱਲ ਨਹੀਂ ਇਹ ਰਿਸ਼ਵਤ ਨਾ ਸਮਝੀ ਨਾ ਸ਼ੋਰਾ ਪਾਣੀ ਸਮਝੀ ਭੂਤ ਨਾ ਅਗਲੀ ਗੱਲ ਤਾਂ ਕਰ ਲਾ ਉਹਦੇ ਨਾਲ ਕਿਹੜੀ ਅਗਲੀ ਗੱਲ ਹੈ ਪੁਲਿਸ ਵਾਲੀ ਹਾਂ ਜਿਹੜੀ ਕੰਮ ਦੀ ਗੱਲ ਹੋ ਤਾਂ ਮੈਂ ਫਿਰ ਬੋਲਿਆ ਖਾਲਾ ਦੱਸ ਉਹ ਸ਼ੌਕੀ ਕਿਦਾਂ 15 ਤੇ ਕਾਲ ਕਰਕੇ ਨਾ ਪੁਲਿਸ ਨੂੰ ਸਦਵਾਈਂਦਾ ਪਿਆ ਆਹਦੇ ਬਿਰਾਨ ਸਮਝਾ ਯਾਰ ਸਾਥੂ ਬੁਲਾ ਜਾਵੇ ਅਸੀਂ ਤਾਂ ਮਾੜੇ ਬੰਦੇ ਆ ਓਹੋ ਜੇ ਉਸ ਪੁਲਿਸ ਨੂੰ ਫੋਨ ਕਰ ਛੱਡਿਆ ਨਾ ਤੇ ਇਹ ਤਾਂ ਰੋਲਾ ਵੱਧ ਜਾਸੀ
ਕੋਈ 30,000 ਦਾ ਹੋਰ ਬੰਦੋਬਸਤ ਕਰ, ਆਖਰ ਪੁਲਿਸ ਨੂੰ ਵੀ ਅਸੀਂ ਦੇਣੇ ਨਾ। 30,000 ਹੋਰ ਦੇਵਾਂ? 30,000 ਰੁਪਇਆ ਹੋਰ ਦੇ, ਤੂੰ ਸ਼ੁਕਰ ਕਰ ਤੇਰੀ 50,000 ਚ ਜਾਨ ਛੁੱਟਦੀ ਪਈ ਏ, ਨਹੀਂ ਤੇ ਇਹ ਲੱਖਾਂ ਦੇ ਕੇਸ ਹਨ। ਬਿਰਾ ਮੇਰੇ ਕੋਲ 30,000 ਤਾਂ ਕੋਈ ਨਹੀਂ, 13-14,000 ਵਧੇ। ਹੋਰ ਲਾਇਆ ਪਏ ਤੇ ਸਾਨੂੰ ਇਹ ਹਨਾਕ ਕਨ ਚਾਰ ਆਨੇ ਲਈ ਵਧਿਆ ਸੇ ਨਾ, ਹੁਣ ਦੀ ਲੇਖਨ ਤੇ ਨਾ ਪੋਤਰ ਲੇਖਨ, ਜਾ ਸੰਮੀ ਸ਼ਾਲਾ ਤੇਰਾ ਕੱਖ ਨਾ ਲਵੇ ਤੇ ਨਿਕਲ ਜਾਵੇ ਤੇਰੀ ਰੜੀ, ਜਾ ਸਾਡੇ ਗਲੇ ਬਵਾਲ ਗਤਿਆ। ਅਨਸਰ ਭਾਈ, ਹੁਣ ਸਾਡੇ ਗੱਲ ਕਿਸੇ ਕਿਸਮ ਦਾ ਰੋਲਾ ਨਹੀਂ ਪਵਣਾ ਚਾਹੀਦਾ। ਨਹੀਂ ਪੰਦਾ, ਤੁਸੀਂ ਘਰੇ ਜਾਓ। ਠੀਕ, ਹਾਂ। ਤੁਸੀਂ ਇਸ ਬੰਦੇ ਨੂੰ ਜਲਦੀ ਨਾਲ ਲੈ ਜਾਓ ਉੱਥੇ ਹਸਪੀਟਲ ਤੇ ਰਿਪੋਰਟ ਬਹੁਤ ਜ਼ਰੂਰੀ ਹੈ। ਜਿਹੜਾ ਵੀ ਕਾਰਵਾਈ ਕਰਨੀ ਨਾ ਰਿਪੋਰਟ ਦੇ ਸਿਰ ਤੇ ਕਰਨੀ ਹੈ, ਤੇ ਜਿਵੇਂ ਤੁਹਾਨੂੰ ਨਿਗੇ ਆਵੇ ਨਾ ਇੱਥੇ ਆਇਆ, ਤੁਸੀਂ ਮੈਨੂੰ ਕਾਲ ਕਰਨੀ, ਮੈਂ ਡਾਲਾ ਲੱਗ ਠੱਕ ਬੈਸਾ। ਠੀਕ ਹੋ ਗਿਆ ਜਨਾਬ, ਜੇ ਚਲੋ ਸਾਡੇ ਕਿਤੇ ਅੜੇਕੇ ਚੜ ਗਿਆ ਨਾ, ਅਸੀਂ ਤੁਹਾਨੂੰ ਕਾਲ ਕਰ ਦਿੱਤਾ, ਤੁਸੀਂ ਡਾਲਾ ਲੈ ਕੇ ਆ ਜਾਵੇ ਉਹਨੂੰ ਨਾਪ ਲਵੇ। ਉਹ ਇਵੇਂ ਤਾਂ ਸਾਨੂੰ ਫੱਟ ਲੈਣਾ ਤਨਖਾਹ, ਦੇਸੋ ਤਾਂ ਫਸਾ। ਇੱਕ ਬੰਦਾ ਸਰਕਾਰ ਤੁਹਾਡੇ ਪਿੱਛੇ ਲਗਾ ਹੁੰਦਾ, ਅਸੀਂ ਉਵੇਂ ਤਨਖਾਹ ਦੇ ਦਿੰਦੇ ਹਾਂ, ਸ਼ਾਮ ਨੂੰ ਤੁਸੀਂ ਆਕੇ ਇਹਨੂੰ ਫੜ ਲਵੇ। ਉਹ ਠੀਕ ਹੋ ਗਿਆ ਚੀਮਾ ਸਾਹਿਬ, ਅਸੀਂ ਹੁਣ ਚੱਲੇ ਹਾਂ ਥਾਣੇ। ਠੀਕ ਹੈ ਸਰ, ਜਾਓ, ਬੜੀ ਮਿਹਰਬਾਨੀ। ਚਲੋ ਜੀ, ਚਲੋ ਸਰ। ਮੈਨੂੰ 3 ਦਿਨ ਹੋ ਗਏ ਤੇਰਾ ਬਰਾ ਟਕਰਿਆ ਨੀ, ਤੂੰ ਨਾ ਬੂਤਨੇ ਲੱਤ ਬੰਨੀ, ਸਿੱਧੀ ਗੱਲ ਲਾ। ਸ਼ੌਕੀ, ਇਹ ਲੱਤ ਤੁਸੀਂ ਬੰਨੀ ਹੈ ਕੋਠੇ ਤੂੰ ਧੱਕਾ ਦੇ ਕੇ ਪਾਉਂਦੇ ਉਹਦੇ ਤੇ ਪੈਣੇ, ਚੱਲ ਉੱਠੀ ਆਪਾਂ ਚੱਲੀਏ ਥਾਣੇ ਚੱਲ ਕੇ ਪਰਚਾ ਦੇਈਏ। ਚੀਮਾ ਬਰਾ, ਉਹ ਮੀਆਂ ਤੁਸੀਂ ਤਾਂ ਬੰਦੇ 2 ਨੰਬਰ ਜੇ, ਲੱਤ ਆ ਬੰਨ ਕੇ ਤੇ ਪਾਕ ਦੀ ਬੂਤੜੇ ਦੇ ਦਿੱਤੀ ਜੇ। ਮੀਆਂ ਗੱਲ ਸੁਣ ਅਨਸਰ, ਮੈਂ ਤੇਰੇ ਨਾਲ ਤੇਰੇ ਬਰਾ ਦੀ ਲੱਤ ਬੰਨੀ ਹੈ ਨਾ, ਤੇ ਮੈਂ ਇਹਨਾਂ ਤੇ ਪਰਚਾ ਕਰਾ ਸਾ ਪੁਲਿਸ ਵਾਲੇ ਸਾਰੇ ਮੇਰੇ ਵਾਕਫ। ਅਈਲੋ ਖਾਂ ਸ਼ੌਕੀ, ਇਹ ਤਾਂ ਇਹਦੇ ਬਦਲੇ ਖਲੋਤਾ ਹੀ ਹੁਣ। ਓ ਬਾਈ ਤੂੰ ਰਾਣ ਦੇ, ਇਹ ਜੈਨੂਇਨ ਵਕੂਬਾ, ਅਸੀਂ ਆਪੇ ਜਾ ਕੇ ਕਰਾ ਲਿਸਾ ਪਰਚਾ। ਬਾਉ ਇਹ ਬੜੇ ਜ਼ਾਲਮ ਨੇ, ਉੱਚੀ ਜਗ੍ਹਾ ਤੋਂ ਮੈਨੂੰ ਧੱਕਾ ਦਿੱਤਾ ਹੈ। ਕੋਈ ਗੱਲ ਨਹੀਂ ਮੇਰੇ ਭਰਾ, ਤੂੰ ਪਰੇਸ਼ਾਨ ਨਾ ਹੋ, ਇਹਨਾਂ ਨੂੰ ਵੇਖੀ ਹੁਣ ਕਿਵੇਂ ਧੱਕੇ ਆਉਂਦੇ। ਓ ਬਾਵਨ ਸਰ, ਆ ਵੇਖ ਮੈਂ ਤੇਰੇ ਕੋ ਹੱਥ ਜੋੜਨਾ, ਤੇਰੀ ਮਿਹਰਬਾਨੀ ਹੈ, ਰੋਲਾ ਭਰਾ ਇੱਥੇ ਰਫਾ ਦਫਾ ਕਰ। ਰਫਾ ਦਫਾ ਹੋ ਸਕਦਾ, ਰੁਪਈਆ ਲੱਖ ਦੇ ਤੇ ਹੁਣੇ ਵੇਟ ਗਿਆ ਸੀ ਰੋਲਾ। ਹੈ ਹਾਂ। तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।